ਦੋਸਤੋ, ਮੈਂ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰਨ ਲੱਗਾ ਫਿਲਮ ਬਾਰੇ, ਉਸ ਫਿਲਮ ਦਾ ਨਾਂ ਹੈ ਬੂ ਮੈਂ ਡਰ ਗਏ। ਟਾਈਟਲ ਸੁਣ ਕੇ ਮੈਨੂੰ ਲੱਗਿਆ ਸੀਗਾ ਵੀ ਸ਼ਾਇਦ ਇਹਦੇ ਵਿੱਚ ਸਾਨੂੰ ਕੋਈ ਨਵੀਂ ਗੱਲਬਾਤ ਦਿਖਾਈ ਗਈ ਹੋਵੇ। ਮੈਂ ਫਿਲਮ ਜਦੋਂ ਦੇਖਣ ਗਿਆ, ਇਹ ਫਿਲਮ ਜਿਹੜੀ ਹੈ ਨਾ, ਇਹ 1 ਮਾਰਚ ਨੂੰ ਰਿਲੀਜ਼ ਹੋਈ ਹੈ, ਲੇਕਿਨ ਇਹਨੂੰ ਮੈਂ ਕੱਲ੍ਹ ਨਹੀਂ ਵੇਖ ਸਕਿਆ, ਇਹਨੂੰ ਮੈਂ 2 ਤਰੀਕ ਨੂੰ ਵੇਖਿਆ। ਤੇ ਅੱਜ ਸਾਡੇ ਜਲੰਧਰ ਦੇ ਵਿੱਚ ਮੌਸਮ ਬੜਾ ਬਹੁਤ ਜ਼ਿਆਦਾ ਬਾਰਿਸ਼ ਵਾਲਾ ਸੀਗਾ ਔਰ ਗੜੇ ਪੈ ਰਹੇ ਸੀਗੇ, ਔਰ ਮੈਂ ਫਿਰ ਵੀ ਆਪਣੀ ਇੱਛਾ ਨੂੰ ਦਬਾ ਨਹੀਂ ਸਕਿਆ ਵੀ ਮੈਂ ਫਿਲਮ ਜ਼ਰੂਰ ਦੇਖਾਂ। ਹੁਣ ਜਦੋਂ ਬੂ ਮੈਂ ਡਰ ਗਈ ਮੈਂ ਵੇਖਦਾ, ਡਰ ਡਰ ਤਾਂ ਚਲੋ ਕੀ ਹੋਣਾ ਵਾ, ਪਹਿਲਾਂ ਤਾਂ ਮੈਨੂੰ ਰੋਣਾ ਆਇਆ ਇਸ ਫਿਲਮ ਦਾ ਦੇਖ ਕੇ, ਫਿਰ ਮੈਨੂੰ ਹਾਸਾ ਵੀ ਆਇਆ, ਔਰ ਹਾਸਾ ਇਸ ਗੱਲ ਦੇ ਉੱਤੇ ਆਇਆ 2024 ਦੇ ਵਿੱਚ ਅਸੀਂ ਫਿਲਮ ਕਿਹੜੀ ਵੇਖ ਰਹੇ ਹਾਂ, ਬੂ ਮੈਂ ਡਰ ਗਈ, ਜਿਹੜੀ ਭੂਤਾਂ ਪ੍ਰੇਤਾਂ ਦੇ ਉੱਤੇ ਬਣਾਈ ਹੋਈ ਹੈ, ਔਰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਗਈ ਹੈ ਵੀ ਜਾਨੀ ਭੂਤ ਪ੍ਰੇਤ ਵੀ ਹੁੰਦੇ ਨੇ। ਔਰ ਜਦੋਂ ਮੈਂ ਨਿਗਾਹ ਮਾਰਦਾ ਵੀ ਇਹ ਤਾਂ 1985-87 ਦੇ ਵਿੱਚ ਅਲਖੰਡ ਰੰਜਣ ਵਾਲੀਆਂ ਫਿਲਮਾਂ, ਸਾਧੂ ਬਣਨ ਦੀਆਂ ਫਿਲਮਾਂ, ਉਪਾਅ ਦੱਸਣ ਵਾਲੀਆਂ ਫਿਲਮਾਂ, ਇਹ ਉਦੋਂ ਬਣਦੀਆਂ ਹੁੰਦੀਆਂ ਸੀਗੀਆਂ। ਸੋ ਦੋਸਤੋ, ਇਹ ਫਿਲਮ ਜਿਹੜੀ ਹੈ ਨਾ, ਇਹ ਮਨਜੀਤ ਸਿੰਘ ਟੋਨੀ ਨੇ ਡਾਇਰੈਕਟ ਕੀਤੀ ਹੈ, ਉਹਨੇ ਕੁਝ ਅੱਛੀਆਂ ਫਿਲਮਾਂ ਵੀ ਡਾਇਰੈਕਟ ਕੀਤੀਆਂ ਨੇ। ਰਾਜੂ ਵਰਮਾ ਕੋਲੋਂ ਆਸ ਨਹੀਂ ਸੀਗੀ ਵੀ ਉਹ ਏਡੀ ਭੈੜੀ ਕਹਾਣੀ ਵੀ ਕਿਸੇ ਫਿਲਮ ਬਾਰੇ ਲਿਖ ਸਕਦਾ, ਔਰ ਕੋਈ ਮੇਕਰ ਵੀ ਉਹਨਾਂ ਨੂੰ ਮਿਲ ਸਕਦੇ ਆ ਵੀ ਹਾਂਜੀ 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 ਬਹੁਤ ਵਧੀਆ, ਤੁਸੀਂ ਇਹ ਬਣਾਓ ਫਿਲਮ। ਸੋ ਦੋਸਤੋ, ਇਸ ਫਿਲਮ ਬਾਰੇ ਜਦੋਂ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ, ਤਾਂ ਤੁਸੀਂ ਮੇਰਾ ਜਿਹੜਾ ਇਹ ਚੈਨਲ ਹੈ ਨਾ, ਪੰਜਾਬੀ ਸਿਨੇਮਾ ਫਾਰ ਯੂ, ਇਹਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਔਰ ਦੇਖੋ, ਕਹਾਣੀ ਇੰਨੀ ਹੈ ਸਿਰਫ ਵੀ ਕੁਝ ਲੋਕ ਨੇ ਜਿਹਨਾਂ ਨੇ ਇਸ ਗੱਲ ਦੀ ਅਫਵਾਹ ਫੈਲਾਈ ਹੋਈ ਹੈ ਪਿੰਡ ਦੇ ਵਿੱਚ ਵੀ ਆਹ ਜਿਹੜਾ ਇੱਕ ਪੁਰਾਣਾ ਜਿਹਾ ਮਹਿਲ ਹੈ, ਇਹਦੇ ਵਿੱਚ ਰਾਣੀ ਦੀ ਰੂਹ ਰਹਿੰਦੀ ਹੈ, ਔਰ ਰੂਹ ਜਿਹੜੀ ਹੈ ਉਹ ਜਿਹੜਾ ਕੋਈ ਹਵੇਲੀ 'ਚ ਜਾਊਗਾ ਉਹਨੂੰ ਉਹ ਕਾਬੂ ਕਰ ਲੈਂਦੀ ਹੈ। ਇੱਕ ਮੁੰਡਾ ਹੈ ਜਿਹੜਾ ਹੀਰੋ ਹੈ, ਉਹ ਆਪਣੀ ਹੀਰੋਇਨ ਨੂੰ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ ਕੋਈ ਦਾਅ ਖੇਡਦਾ ਹੈ। ਇਸੇ ਤਰ੍ਹਾਂ ਇੱਕ ਹੋਰ ਬੰਦਾ ਹੈ, ਉਹ ਕਿਸੇ ਜਨਾਨੀ ਨੂੰ ਆਪਣੇ ਪਿੱਛੇ ਲਾਉਣ ਲਈ ਕੋਈ ਦਾਅ ਖੇਡਦਾ ਹੈ, ਤਾਂ ਭੂਤ ਪ੍ਰੇਤਾਂ ਦੀ ਗੱਲ ਚੱਲ ਪੈਂਦੀ ਹੈ ਤੇ ਉਹ ਹੌਲੀ ਹੌਲੀ ਸਾਰੇ ਹਵੇਲੀ 'ਚ ਆ ਜਾਂਦੇ ਆ। ਹਵੇਲੀ ਵਿੱਚ ਜਿਹੜੇ ਲੋਕ ਆਲਰੇਡੀ ਰਹਿ ਰਹੇ ਆ ਉਹ ਬੜੇ ਕ੍ਰਿਮੀਨਲ ਨੇ, ਤੇ ਉਹ ਕਹਿੰਦੇ ਵੀ ਤੁਸੀਂ ਇੱਥੋਂ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਅਸੀਂ ਨਹੀਂ ਬਾਹਰ ਨਿਕਲ ਸਕਦੇ, ਤੇ ਅਸੀਂ ਤਾਂ ਹੁਣ ਇੱਦਾਂ ਕਰਾਂਗੇ ਵੀ ਤੁਸੀਂ ਜਿੰਨੀ ਦੇਰ ਇੱਥੇ ਖਜ਼ਾਨਾ ਦੱਬਿਆ ਪਿਆ, ਜਿੰਨੀ ਦੇਰ ਤੁਸੀਂ ਖਜ਼ਾਨਾ ਨਹੀਂ ਲੱਭਦੇ ਅਸੀਂ ਉੰਨੀ ਦੇਰ ਤੁਹਾਨੂੰ ਬਾਹਰ ਨਹੀਂ ਜਾਣ ਦੇਣਾ। ਔਰ ਖਜ਼ਾਨੇ ਲੱਭਣ ਦੇ ਵਿੱਚ ਜਿਹੜੀਆਂ ਭੈੜੀਆਂ ਹਰਕਤਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਦਰਸ਼ਕਾਂ ਨੂੰ, ਉਹ ਪਤਾ ਨਹੀਂ ਮਤਲਬ ਕਦੋਂ ਦੀਆਂ ਇਹਨਾਂ ਨੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਾਡੀਆਂ ਚੁੱਕ ਚੁੱਕ ਕੇ ਬਾਰ ਬਾਰ ਅਸੀਂ ਕਈ ਵਾਰ ਵੇਖੀਆਂ ਹੋਈਆਂ ਨੇ ਉਹ ਲੈ ਕੇ ਆਉਂਦੇ ਨੇ। ਪੋਲਾ ਫਾਲੀ ਹੁੰਦੀ ਆ ਉੱਥੇ, ਜਗ੍ਹਾ ਦੀ ਪੁੱਟ ਪੁਟਾਈ ਹੁੰਦੀ ਆ, ਉਹ 'ਚੋਂ ਗਹਿਣੇ ਨਿਕਲਦੇ ਆ ਤੇ ਫਿਲਮ ਖਤਮ ਹੋ ਜਾਂਦੀ ਹੈ। ਸੋ ਦੋਸਤੋ, ਇਹ ਜਿਹੜੀ ਫਿਲਮ ਹੈ ਇਹਦੀ ਕਹਾਣੀ ਸਿਰਫ ਇੰਨੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਸ ਫਿਲਮ ਦੇ ਜਿਹੜੇ ਨਿਰਮਾਤਾ ਨੇ ਉਹ ਸੋਨੀ ਨੰਦਾ, ਕਰਮਜੀਤ ਥਿੰਦ ਨੇ ਤੇ ਇੱਕ ਪਰਵਿੰਦਰ ਨੰਦਾ, ਇਹ 3 ਜਣੇ ਆ, ਬੜੀ ਇਹਨਾਂ ਦੀ ਹਿੰਮਤ ਦੀ ਦਾਤ ਦਿੰਦਾ ਵੀ ਇਹਨਾਂ ਨੇ ਇਸ ਫਿਲਮ ਦੇ ਉੱਤੇ ਪੈਸਾ ਲਗਾਇਆ ਔਰ ਸਿਨੇਮਿਆਂ 'ਚ ਲਿਆ ਕੇ ਰਿਲੀਜ਼ ਵੀ ਕਰ ਦਿੱਤਾ। ਸੋ ਇਹ 115 ਮਿੰਟਾਂ ਦੀ ਫਿਲਮ ਆ ਜੀ, ਮਤਲਬ 1 ਘੰਟਾ ਤੇ 55 ਮਿੰਟ, ਮਤਲਬ ਇਹ ਫਿਲਮ ਆਪਣੀ 2 ਘੰਟੇ ਸਵਾ 2 ਘੰਟੇ ਦੀ ਡਿਊਰੇਸ਼ਨ ਵੀ ਪੂਰੀ ਨਹੀਂ ਕਰ ਸਕੀ, ਤੇ ਇਹ ਜਿਹੜੀ 1 ਘੰਟਾ 55 ਮਿੰਟ ਦੀ ਫਿਲਮ ਆ ਨਾ, ਇਹ ਸਾਨੂੰ ਐਂ ਲੱਗਦਾ ਸੀ ਵੀ ਸ਼ਾਇਦ ਖਤਮ ਹੀ ਨਹੀਂ ਹੋਣੀ, ਮਤਲਬ ਕਿਉਂਕਿ ਉਹਦੇ 'ਚ ਗੱਲ ਹੀ ਕੋਈ ਨਹੀਂ ਸੀਗੀ। ਉਹ ਫਿਲਮ ਆ ਕੇ ਇੱਕ ਜਗ੍ਹਾ 'ਤੇ ਰੁਕ ਹੀ ਜਾਂਦੀ ਹੈ, ਜਦੋਂ ਸਾਨੂੰ ਉਹ ਨਵੇਂ ਨਵੇਂ ਸਾਂਗ, ਨਵੇਂ ਨਵੇਂ ਬੂ ਬੂ ਕਰਨ ਵਾਲੇ ਨਵੇਂ ਆਦਿਵਾਸੀ ਦਿਖਾਏ ਜਾਂਦੇ ਨੇ, ਜਿੱਦਾਂ ਬਿਲਕੁਲ ਕੋਈ ਨਵੀਂ ਚੀਜ਼ ਸਾਨੂੰ ਉਹ ਦਿਖਾ ਰਹੇ ਹੁੰਦੇ। ਸੋ ਜਦੋਂ ਅਸੀਂ ਇਹਨੂੰ ਉੱਥੇ ਹਾਲ ਦੇ ਵਿੱਚ ਇੰਜੋਏ ਕਰ ਰਹੇ ਸੀਗੇ ਤਾਂ ਸਾਨੂੰ ਭੱਜਣ ਲਈ ਰਾਹ ਨਹੀਂ ਸੀ ਲੱਭ ਰਿਹਾ ਵੀ ਅਸੀਂ ਕਿੱਦਾਂ ਉੱਠ ਕੇ ਇੱਥੋਂ ਜਾਈਏ। ਪਤਾ ਨਹੀਂ ਕਿਹੜੀ ਚੀਜ਼ ਹੈ ਜਿਹਨੇ ਸਾਨੂੰ ਪੰਜਾਬੀ ਫਿਲਮਾਂ ਨਾਲ ਬੰਨ ਕੇ ਰੱਖਿਆ ਹੋਇਆ ਵੀ ਇਹਨਾਂ ਨੂੰ ਤੁਸੀਂ ਜ਼ਰੂਰ ਵੇਖਣਾ ਹੀ ਵੇਖਣਾ, ਤੁਹਾਨੂੰ ਇਹ ਸਰਾਪ ਆ। ਔਰ ਦੋਸਤੋ, ਮੈਂ ਮਤਲਬ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਮੈਨੂੰ ਅਫਸੋਸ ਹੈ ਕਿ ਸਾਡਾ ਜਿਹੜਾ ਪੰਜਾਬੀ ਸਿਨੇਮਾ ਹੈ ਜਦੋਂ ਉੱਪਰ ਉੱਠਣ ਲੱਗਦਾ ਹੈ, ਫਿਰ ਕੋਈ ਇਹੋ ਜਿਹੇ ਨਿਰਮਾਤਾ ਨਿਰਦੇਸ਼ਕ ਆਉਂਦੇ ਆ ਜਿਹੜੇ ਇਹਦੇ ਵਿੱਚ ਘਟੀਆ ਦਰਜੇ ਦੀ ਫਿਲਮ ਲੈ ਕੇ ਆਉਂਦੇ ਨੇ, ਤੇ
ਫਿਰ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਪਤਾ ਨਹੀਂ ਕਿਹੜੀ ਨਵੀਂ ਚੀਜ਼ ਬਣਾ ਰਹੇ ਹਾਂ। ਮੈਨੂੰ ਇਸ ਫਿਲਮ ਨੇ ਬਹੁਤ 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 ਜ਼ਿਆਦਾ ਨਿਰਾਸ਼ ਕੀਤਾ ਔਰ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਮਨਜੀਤ ਸਿੰਘ ਟੋਨੀ ਜਿਹਨਾਂ ਨੇ ਕਿ ਫਿਲਮ ਵੇਖੀ ਜਾ ਛੇੜੀ ਨਾ, ਮੈਂ ਤਾਂ ਉਹ ਵੀ ਨਹੀਂ ਵੇਖੀ ਫਿਲਮ, ਪਤਾ ਨਹੀਂ ਉਹ ਕਿਹੋ ਜਿਹੀ ਫਿਲਮ ਸੀਗੀ। ਤੇ ਫਿਰ ਝੱਲੇ ਪੈ ਗਏ ਪੱਲੇ, ਇੱਕ ਫਿਲਮ ਆਈ ਸੀਗੀ ਉਹ ਵੀ ਇਹਨਾਂ ਨੇ ਡਾਇਰੈਕਟ ਕੀਤੀ ਸੀਗੀ। ਤੂੰ ਮੇਰਾ ਕੀ ਲੱਗਦਾ ਫਿਲਮ ਜਿਹੜੀ ਸੀਗੀ ਉਹ ਮੇਰੇ ਖਿਆਲ ਦੇ ਵਿੱਚ ਕੋਈ ਫਿਲਮ ਪਸੰਦ ਵੀ ਕੀਤੀ ਗਈ ਸੀਗੀ। ਸੋ ਦੋਸਤੋ, ਇਹ ਮੈਨੂੰ ਨਾ ਇਸ ਫਿਲਮ ਨੇ ਬੇਹੱਦ ਨਿਰਾਸ਼ ਕੀਤਾ। ਇਸ ਫਿਲਮ ਦੇ ਵਿੱਚ ਬੱਚੇ ਜੇ ਤੁਸੀਂ ਇਸ ਫਿਲਮ ਨੂੰ ਵੇਖਣ ਜਾਣਗੇ ਤਾਂ ਜ਼ਰੂਰ ਉਹ ਤਾੜੀਆਂ ਮਾਰ ਕੇ ਹੱਸਣਗੇ, ਕਿਉਂਕਿ ਉਹ ਜਿਹੜੀਆਂ ਬਾਂਦਰ ਟਪੂਸੀਆਂ ਸਾਰੇ ਸਾਡੇ ਆਰਟਿਸਟ ਮਾਰਦੇ ਇਸ ਫਿਲਮ ਦੇ ਵਿੱਚ, ਉਹ ਬੜੀਆਂ ਕਮਾਲ ਦੀਆਂ ਨੇ। ਸੋ ਦੋਸਤੋ, ਇਸ ਫਿਲਮ ਦੀ ਕਹਾਣੀ ਰੱਦੀ ਆ, ਇਸ ਫਿਲਮ ਦੀ ਡਾਇਰੈਕਸ਼ਨ ਰੱਦੀ ਆ, ਇਸ ਫਿਲਮ ਦੀ ਪੇਸ਼ਕਾਰੀ ਰੱਦੀ ਆ। ਕਈ ਵਾਰੀ ਨਾ ਸਾਡੇ ਕੋਈ ਬੇਸ਼ੱਕ ਮਾੜੀ ਕਹਾਣੀ ਹੋਵੇ, ਲੇਕਿਨ ਕਈ ਵਾਰੀ ਡਾਇਰੈਕਟਰ ਦੀ ਹਿੰਮਤ ਦੇ ਨਾਲ ਕੋਈ ਚੀਜ਼ ਜਿਹੜੀ ਆ ਉਹ ਵਧੀਆ ਬਣ ਜਾਂਦੀ ਹੈ, ਪਰ ਇੱਥੇ ਕੁਛ ਵੀ ਵਧੀਆ ਨਹੀਂ ਬਣ ਸਕਿਆ। ਹੁਣ ਮੈਂ ਲਾਸਟ ਤੇ ਇਸ ਫਿਲਮ ਦੇ ਸਿਤਾਰਿਆਂ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਵੀ ਰੋਸ਼ਨ ਪ੍ਰਿੰਸ ਸਾਨੂੰ ਲੱਗਿਆ ਸੀਗਾ ਜਦੋਂ ਸ਼ੁਰੂ ਸ਼ੁਰੂ ਵਿੱਚ ਆਇਆ ਸੀਗਾ ਵੀ ਉਹ ਇੱਕ ਅੱਛਾ ਆਰਟਿਸਟ ਹੋ ਸਕਦਾ, ਪਰ ਉਹਦੀ ਕਿਸਮਤ ਮਾੜੀ ਹੈ, ਉਹਨੇ ਇੱਕ ਦੋ ਅੱਛੀਆਂ ਫਿਲਮਾਂ ਦੇਣ ਤੋਂ ਬਾਅਦ ਉਹਨੇ ਸਿਰਫ ਫਲਾਪ ਫਿਲਮਾਂ ਦੀ ਲਾਈਨ ਲਗਾ ਦਿੱਤੀ ਹੈ। ਬਹੁਤ ਸਾਰੀਆਂ ਫਲਾਪ ਫਿਲਮਾਂ ਦਿੱਤੀਆਂ ਨੇ, ਸਭ ਤੋਂ ਵੱਡੀ ਫਲਾਪ ਫਿਲਮ ਇਹ ਵੀ ਸਿੱਧ ਹੋਣ ਵਾਲੀ ਹੈ, ਬੂ ਮੈਂ ਡਰ ਗਈ। ਤੇ ਦੇਖੋ ਤੁਸੀਂ ਇਸ ਫਿਲਮ ਦੇ ਵਿੱਚ ਉਹ ਇੱਕ ਟਰੱਕ ਡਰਾਈਵਰ ਦਾ ਪੁੱਤਰ ਹੈ, ਆਪ ਪਤਾ ਨਹੀਂ ਇਹ ਪੁੱਤਰ ਹੁਣੀ ਕੀ ਕਰਦੇ ਨੇ, ਸਵਾਏ ਕਿ ਕੁੜੀ ਦੇ ਪਿੱਛੇ ਉਹਨਾਂ ਦਾ ਚੱਕਰ ਆ, ਉਸ ਕੁੜੀ ਦੇ ਪਿੱਛੇ ਤੁਰੇ ਫਿਰਦੇ ਨੇ, ਤੇ ਸਿਰਫ ਇਹੋ ਜਿਹੇ ਉਹਨਾਂ ਦਾ ਰੋਲ ਆ ਜਿਹੜਾ ਕੁਛ ਸਧਾਰਨ ਜਿਹੀ ਐਕਟਿੰਗ ਕਰਦੇ ਹੁੰਦੇ ਉਹ ਕਰਦੇ ਹੀ ਆ। ਈਸ਼ਾ ਰਿਖੀ ਆ, ਈਸ਼ਾ ਰਿਖੀ ਨੇ ਕੁਝ ਅੱਛੀਆਂ ਫਿਲਮਾਂ ਵੀ ਪਹਿਲਾਂ ਕੀਤੀਆਂ ਨੇ, ਬੜੀਆਂ ਅੱਛੀਆਂ ਉਹਦੀਆਂ ਫਿਲਮਾਂ ਕੁਝ ਚੱਲੀਆਂ ਵੀ ਨੇ ਉਹਦੇ ਵਿੱਚੋਂ। ਈਸ਼ਾ ਰਿਖੀ ਦਾ ਰੋਲ ਬੜਾ ਸਧਾਰਨ ਜਿਹਾ, ਇੱਕ ਪੇਂਡੂ ਕੁੜੀ ਦਾ ਰੋਲ ਆ ਇਹਦੇ ਵਿੱਚ, ਜਿਹੜੀ ਕਿ ਡਰ ਡਰ ਕੇ ਰਹਿੰਦੀ ਆ, ਆਪਣੇ ਫੁੱਫੜ ਦੇ ਘਰ ਰਹਿ ਰਹੀ ਆ, ਲੇਕਿਨ ਉਹ ਕਿਸੇ ਮੁੰਡੇ ਨੂੰ ਮੁਹੱਬਤ ਵੀ ਕਰਦੀ ਹੈ। ਕਰਮਜੀਤ ਅਨੁਭਵ ਆ ਜਿਹੜਾ ਕਿ ਐਵੇਂ ਜਾਲੀ ਜਿਹਾ ਡਾਕੂ ਬਣਿਆ ਤੇ ਉਹ ਮਤਲਬ ਜ਼ਿਆਦਾ ਲੋਕਾਂ ਨੂੰ ਧਮਕਾਉਣ ਨਾਲ ਉਹ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਬੇਸਿਕਲੀ ਤਾਂ ਉਹ ਕਾਮੇਡੀ ਐਕਟਰ ਹੈ, ਉਹ ਜਦੋਂ ਸਕਰੀਨ ਤੇ ਆ ਜਾਂਦਾ ਤਾਂ ਉਹਨੂੰ ਵੇਖ ਕੇ ਹਾਸਾ ਹੀ ਆਉਂਦਾ। ਹੋਰ ਜਿਹੜੇ ਬਾਕੀ ਆਰਟਿਸਟ ਨੇ, ਯੋਗਰਾਜ ਸਿੰਘ ਹੁਣੀ ਇਸ ਫਿਲਮ ਦੇ ਵਿੱਚ ਇੱਕ ਵਿਸ਼ੇਸ਼ ਐਕਟਰ ਨੇ, ਮੈਨੂੰ ਉਹਨਾਂ ਦੀ ਗੱਲ ਬਹੁਤ ਵਧੀਆ ਲੱਗੀ ਹੈ ਵੀ ਜਦੋਂ ਭੂਤਾਂ ਭਾਤਾਂ ਦੀ ਗੱਲ ਚੱਲ ਰਹੀ ਹੈ, ਭੂਤਾਂ ਦੇ ਖਿਲਾਫ ਖੜੇ ਹੁੰਦੇ ਨੇ ਪਰ ਫਿਰ ਇੱਕ ਰਾਤ ਉਹ ਕਦੀ ਆਪ ਵੀ ਭੂਤ ਕੋਲੋਂ ਡਰਦੇ ਨੇ, ਪਰ ਅਖੀਰ ਦੇ ਉੱਤੇ ਉਹ ਭੂਤਾਂ ਦੇ ਖਿਲਾਫ ਲੜਦੇ ਨਜ਼ਰ ਆਉਂਦੇ ਨੇ, ਤੇ ਮੈਨੂੰ ਕਈ ਵਾਰੀ ਉਹਨਾਂ ਦੀ ਇਹ ਗੱਲ ਚੰਗੀ ਲੱਗਦੀ ਹੈ। ਅਨੀਤਾ ਦੇਵਗਨ ਨੇ ਇਹ ਫਿਲਮ ਕੀਤੀ ਹੈ, ਮੈਨੂੰ ਪਤਾ ਨਹੀਂ ਉਹਨੇ ਕਿਉਂ ਕੀਤੀ ਹੈ ਫਿਲਮ, ਉਹਨੂੰ ਜੋ ਕੁਝ ਕਰਨ ਗੁਜਰਾ ਨੂੰ ਦਿੱਤਾ ਗਿਆ ਸੀ, ਉਹਨੂੰ ਪਿੰਡ ਦੀ ਸਰਪੰਚਣੀ ਬਣਾਈ ਹੋਈ ਸੀ, ਜਿੱਦਾਂ ਦੀ ਉਹਦਾ ਰੋਬਦਾ ਵਾ ਉਹ ਆਪਣੇ ਰੋਲ ਦੇ ਵਿੱਚ ਬਿਲਕੁਲ ਫਿੱਟ ਜਾਪਦੀ ਹੈ, ਪਰ ਕਹਾਣੀ ਦੇ ਵਿੱਚ ਉਹ ਅਨਫਿੱਟ ਜਾਪਦੀ ਹੈ। ਕਈ ਵਾਰੀ ਸਾਨੂੰ ਇਹ ਲੱਗਦਾ ਵੀ ਅਸੀਂ ਇੱਕ ਫਿਲਮ ਦੀ ਹਾਈਪ ਵਧਾਉਣ ਲਈ ਜਾਂ ਫਿਲਮ ਦੇ ਵਿੱਚ ਅਸੀਂ ਅੱਛੀ ਸਟਾਰ ਕਾਸਟ ਲਵਾਂਗੇ ਤੇ ਸ਼ਾਇਦ ਸਾਡੀ ਫਿਲਮ ਦੀ ਕੋਈ ਗੱਲ ਬਣ ਜਾਏ, ਮਤਲਬ ਅਨੀਤਾ ਦੇਵਗਨ ਔਰ ਦੂਜਾ ਸਾਡਾ ਜਿਹੜਾ ਆਰਟਿਸਟ ਆ ਯੋਗਰਾਜ ਸਿੰਘ ਉਹ ਇਸ ਫਿਲਮ ਦੇ ਵਿੱਚ ਲੈ ਗਏ ਨੇ। ਇੱਕ ਐਕਟਰ ਹੈਗਾ ਗੁਰਦੀਪ ਸਾਜਨ, ਗੁਰਦੀਪ ਸਾਜਨ ਜਿਹੜਾ ਹੈ ਉਹ ਜਦੋਂ ਕਿਤੇ ਫੁੱਫੜ ਬਣਦਾ ਫਿਲਮਾਂ ਵਿੱਚ ਤਾਂ ਉਦੋਂ ਕਮਾਲ ਹੀ ਕਰ ਜਾਂਦਾ, ਅਸਲ 'ਚ ਉਹ ਨਹੀਂ ਕਮਾਲ ਕਰਦਾ, ਅਸਲ 'ਚ ਜਿਹੜੇ ਉਹਦੀ ਕਾਮੇਡੀ ਲਿਖਦੇ ਆ ਜਾਂ ਉਹਦੇ ਡਾਇਲੋਗਸ ਲਿਖਦੇ ਆ, ਉਹਦਾ ਸਕਰੀਨ ਪਲੇ ਲਿਖਦੇ ਆ, ਅਸਲ ਦੇ ਵਿੱਚ ਉਹ ਕਮਾਲ ਕਰਦੇ ਨੇ। ਗੁਰਦੀਪ ਸਾਜਨ ਇਹਦੇ ਵਿੱਚ ਵੀ ਮਾਮੂਲੀ ਜਿਹਾ ਸਾਨੂੰ ਐਕਟਰ ਲੱਗਿਆ। ਬੀਐਨ ਸ਼ਰਮਾ ਜਿਹੜਾ ਹੈ, ਬੀਐਨ ਸ਼ਰਮਾ ਤਾਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹੋ ਜਿਹਾ ਜਾਲੀ ਜਿਹਾ ਸਾਧ ਬਣਿਆ ਔਰ ਇਹਦੇ ਵਿੱਚ ਵੀ ਉਹਨਾਂ ਸਾਧ ਬਣਾ ਤਾ, ਉਹਦੇ ਲਈ ਤਾਂ ਬੜੀ ਸੌਖੀ ਗੱਲ ਸੀਗੀ, ਉਹ ਕਹਿੰਦਾ ਮੈਂ ਸਾਧ ਤੁਸੀਂ ਮੇਰੇ ਬਣਾਓ ਭਾਵੇਂ ਜਿੰਨੀਆਂ ਮਰਜ਼ੀ ਫਿਲਮਾਂ 'ਚ ਬਣਾਓ। ਨਿਸ਼ਾ ਬਾਨੋ ਆ ਜਿਹੜੀ ਭੂਤ ਨਹੀਂ ਪਹਿਲਾਂ ਦਿਖਾਈ ਗਈ ਆ, ਲੇਕਿਨ ਨਿਸ਼ਾ ਬਾਨੋ ਮੈਨੂੰ ਲੱਗਦਾ ਵੀ ਉਹਨੂੰ ਜਿਹੋ ਜਿਹਾ ਰੋਲ ਦਿੱਤਾ ਗਿਆ ਉਹਨੇ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਕਾਸ਼ ਗਾਧੂ ਹੈ ਇਸ ਫਿਲਮ ਦੇ ਵਿੱਚ, ਇੱਕ ਹਾਰਵੀ ਸੰਘਾ ਜਿਹੜਾ
ਸਾਨੂੰ ਕਦੇ ਵੀ ਪਸੰਦ ਨਹੀਂ ਆਇਆ ਔਰ ਉਹਦੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਨੇ ਉਹ ਕਈ ਵਾਰ ਦੇਖ ਕੇ ਲੋਕੀ ਹੱਸਦੇ ਵੀ ਹੈ, ਲੇਕਿਨ ਉਹਦੇ ਪੱਲੇ ਕੱਖ ਨੇ। ਤੇ ਸਾਨੂੰ ਐਂ ਲੱਗਦਾ ਸੀਗਾ ਵੀ ਜਦੋਂ ਮਨਜੀਤ ਸਿੰਘ ਢੋਨੀ ਹੁਣੀ ਇਸ ਪੂਰੀ ਟੀਮ ਨੂੰ ਜੰਗਲ ਦੇ ਵਿੱਚ ਲਾਉਂਦੇ ਆ ਤਾਂ ਉਹਨੂੰ ਲੀਡਰ ਬਣਾ ਦਿੰਦੇ ਆ। ਉਹ ਨਕਸ਼ਾ ਪੜਨ ਵਾਲਾ ਵੀ ਆ, ਉਹ ਹਕੀਮ ਵੀ ਆ, ਉਹ ਕਈ ਕੁਛ ਕਰਦਾ, ਉਹ ਚੌਕੀਦਾਰੀ ਵੀ ਕਰਦਾ ਪਿੰਡ ਦੀ, ਮਤਲਬ ਉਹਨੂੰ ਹਰਫਨ ਮੌਲਾ ਬਣਾ ਕੇ ਇਸ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ। ਸੋਨੀ ਨੰਦਾ ਜਿਹੜੇ ਨੇ, ਮੈਨੂੰ ਲੱਗਦਾ ਵੀ ਉਹ ਨਿਰਮਾਤਾ ਨੇ ਇਸ ਫਿਲਮ ਦੇ ਵਿੱਚ, ਉਹਨਾਂ ਨੇ ਵੀ ਕੰਮ ਕੀਤਾ। ਗੁਰਪ੍ਰੀਤ ਭੰਗੂ ਹੈ, ਵਿਜੇ ਟੰਡਨ ਹੋਣੀ ਆ ਸਾਡੇ ਦੋਸਤ, ਉਹਨਾਂ ਨੂੰ ਵੀ ਚਲੋ ਜਿਹੜਾ ਸਧਾਰਨ ਇੱਕ ਪਿੰਡ ਦੇ ਵਸਨੀਕ ਦਾ ਰੋਲ ਦਿੱਤਾ ਗਿਆ। ਔਰ ਰਾਖੀ ਹੁੰਦਲ ਜਿਹੜੀ ਆ, ਰਾਖੀ ਹੁੰਦਲ ਫਿਰ ਵੀ ਉਹ ਚੰਗੀ ਲੱਗਦੀ ਹੈ ਕਿਉਂਕਿ ਉਹਨੂੰ ਜਿਹੋ ਜਿਹਾ ਰੋਲ ਦਿੱਤਾ ਗਿਆ ਉਹਦੇ ਵਿੱਚ ਉਹ ਫਿੱਟ ਜਾਪਦੀ ਹੈ। ਸੋ ਦੋਸਤੋ, ਇਹ ਤਾਂ ਸੀਗੀ ਇਸ ਫਿਲਮ ਬਾਰੇ ਗੱਲਬਾਤ, ਪਰ ਇਸ ਫਿਲਮ ਨੇ ਅਲਟੀਮੇਟਲੀ ਸਾਨੂੰ ਨਿਰਾਸ਼ ਕੀਤਾ। ਜੇ ਤੁਹਾਨੂੰ ਮੇਰੀ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਸਾਡੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।